पंजाबी गायक अमृत मान दे प्रोग्राम दे विच पिया रोला, फोटो करवाने लैके होया विवाद। मोगा दे सिटी पार्क पैलेस च शुक्रवार नूं विदेश तो आए नौजवान दे विआह दा प्रोग्राम चल रहा सी। पंजाबी गायक अमृत मान नूं 6 लाख रुपए दे विच बुक किया गया सी। विआह वाले मुंडे दे रिश्तेदारां वल्लों गायक नाल फोटो करवाने नूं लैके विवाद खड़ा हो गया। सिंगर मान ने जदों फोटो करवाण तों मना किया तां बराती भड़क गई। अजिहे विच गायक ने प्रोग्राम तों 1 घंटा पहलां गाउणा बंद कर दिता अते उत्थों चले गए। जदों झगड़ा वध गया तां मौके ते पुलिस बुलाई गई। पुलिस ने जांच शुरू कर दी। प्राप्त जानकारी अनुसार पिंड कला कला दा रहण वाला प्रभजोत सिंह कुछ दिन पहला ही कैनेडा तो विआह करवाउण लई आया सी। शुक्रवार नूं सिटी पार्क पैलेस जीरा रोड मोगा विखे विआह दा प्रोग्राम चल रहा सी। पंजाब दे मशहूर गायक अमृत मान ने विआह वाले मुंडे दी तरफों 6 लाख रुपए दा मामला दर्ज किया है। लाड़े दे रिश्तेदारां ने शराबी हालत च पंजाबी गायक नाल स्टेज ते जाके फोटो खिंचवाई, पर गायक ने फोटो करवाण तों इनकार कर दिता। इस तों नाराज़ बराती ने माइक फड़ के गायक अमृत मान नूं गालां कढ़णियां शुरू कर दित्तियां। अजिहे च गायकां दे प्रोग्राम च विघन पै गया, जिस तों बाद बरातियां ने हंगामा शुरू कर दिता अते उन्हां ने गायक दे मैनेजर अते उसदे साथियां तों 1 घंटा पहलां प्रोग्राम बंद करके उन्हां दे पैसे वापस करन दी मंग करनी शुरू कर दित्ती। ਇੱਥੇ ਆਏ ਸੀਗੇ, ਆਪਦੇ ਪ੍ਰੋਗਰਾਮ 'ਤੇ ਬੈਠੇ ਸੀਗੇ, ਇੱਥੇ ਫਿਰ ਆ ਕੇ ਪਹਿਲਾਂ ਸਟੇਜ 'ਤੇ ਗਾਲਾਂ ਕੱਢੀਆਂ, ਉਹਦਾ ਟਾਈਮ ਲਾਉਣ ਤੋਂ ਭੱਜਣ ਦੇ ਮਾਰੇ ਭੱਜ ਕੇ ਆ ਕੇ ਉਹਦੇ ਗੱਲ ਮਿਲਣ ਮੇਰੇ ਲੜਕੇ ਨੂੰ ਮੇਰੇ ਕੋਲ ਬੈਠੇ ਗਲਵਾਂ ਫੜਿਆ, ਧੱਕੇ ਮਾਰ ਕੇ ਨਾਲ ਬੋਕਸਰ ਲਿਆ ਕੇ ਖਿੱਚਣ ਲੱਗਾ। ਕੀ ਮੰਗ ਕਰਦੇ ਜੀ? ਮੰਗ ਕੀ ਕਰਦੇ ਜੀ? ਧੱਕੇ ਲਿਆ ਕੇ ਕੁੱਟਣ ਨੂੰ ਚਾਹੁੰਦੇ ਸੀ। ਦੇਖੋ ਜੀ, ਅਸੀਂ ਸਾਰੇ ਜਣੇ ਆਪਦਾ ਇੰਜੋਏ ਕਰ ਰਹੇ ਸੀਗੇ। ਇਹਨਾਂ ਦੇ ਉੱਤੇ ਸਟੇਜ ਤੇ ਕੋਈ 2 ਬੰਦੇ ਚੜ੍ਹਦੇ ਨੇ। ਇਹਨਾਂ ਦੇ ਕੋਲੇ ਸਰਕਾਰੀ ਗਨਮੈਨ ਨੇ, ਆਪਦੇ ਪਰਸਨਲ ਬੋਡੀਗਾਰਡ ਨੇ। ਉਹ ਤੋਂ ਇਲਾਵਾ ਇਹਨਾਂ ਨੇ 2 ਬੰਦਿਆਂ ਨੂੰ ਸਟੇਜ 'ਤੇ ਅਲਾਓ ਕੀਤਾ ਆਪਦੀ ਅਥੋਰਿਟੀ 'ਤੇ। ਫਿਰ ਉਹਨਾਂ ਬੰਦਿਆਂ ਨਾਲ ਇਹਨਾਂ ਨੇ ਰੌਲਾ ਪਾਇਆ। ਉਹਨੂੰ ਰੌਲਾ ਪਾਉਣ ਤੋਂ ਬਾਅਦ ਬੰਦਿਆਂ ਨਾਲ ਰੌਲਾ ਪਾਇਆ ਜੀ, ਜਿਹਨਾਂ ਨੂੰ ਇਹਨਾਂ ਸਟੇਜ 'ਤੇ ਅਲਾਓ ਕੀਤਾ, ਇਹਨਾਂ ਨੇ ਆਪ ਕੀਤਾ, ਸਾਨੂੰ ਕਿਸੇ ਨੂੰ ਨਹੀਂ ਪਤਾ। ਇਹਨਾਂ ਨੇ ਆਪਦੀ ਮਰਜ਼ੀ ਨਾਲ 18 ਬੋਡੀਗਾਰਡ ਅਤੇ 2 ਗਨਮੈਨਾਂ ਨੇ ਉਹ ਬੰਦੇ ਨੂੰ ਉੱਤੇ ਲਿਆਉਂਦਾ ਹੈਗਾ। ਇਹਨਾਂ ਨੇ ਆਪਦੀ ਮਰਜ਼ੀ ਨਾਲ ਗੱਲ ਕੀਤੀ, ਉਹ ਤੋਂ ਬਾਅਦ ਉਹਦੇ ਨਾਲ ਝਗੜਾ ਕਰਕੇ ਇਹ ਸਟੇਜ 'ਤੇ ਛੱਡ ਦਿੰਦੇ ਆ। ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮਾਫ਼ੀ ਮੰਗੀ ਕਿ ਚਲੋ ਬਾਈ, ਗਾਇਕ ਕੌਣ ਸੀ, ਕੀ ਨਾਮ ਸੀ ਗਾਇਕ ਦਾ? ਅੰਮ੍ਰਿਤ ਮਾਨ ਸੀਗਾ ਜੀ। ਸਾਡੇ ਨਾਲ ਇਹਨੇ 6.5 ਲੱਖ ਰੁਪਏ 'ਚ ਗੱਲ ਕੀਤੀ ਸੀ, 3 ਘੰਟੇ ਲਾਵਾਂਗੇ, ਠੀਕ ਹੈ ਜੀ। 2:10 'ਤੇ ਬੰਦਾ ਆਇਆ, ਠੀਕ ਹੈ ਜੀ, ਅਤੇ 4:00 ਨੂੰ ਇਹਨੇ ਪਤਾ ਸੀ ਵੀ ਥਾਂ ਥੋੜ੍ਹਾ ਮਾੜਾ। ਇਹਨਾਂ ਨੇ ਸਿਰਫ ਇੱਕ ਇਸ਼ੂ ਕ੍ਰੀਏਟ ਕੀਤਾ ਜੀ, ਠੀਕ ਹੈ ਜੀ, ਇੱਕ ਸਟੋਰੀ ਬਣਾਈ ਹੈ ਅਤੇ ਬੰਦਾ ਚੱਲਿਆ ਗਿਆ। ਅਸੀਂ ਇਹ ਤੋਂ ਮਾਫ਼ੀਆਂ ਵੀ ਮੰਗੀਆਂ, ਅਸੀਂ ਕਿਹਾ ਵੀ ਦੇਖੋ ਤੁਹਾਡੇ ਪੱਖ 'ਤੇ ਗਲਤੀ ਹੈ, ਫਿਰ ਵੀ ਅਸੀਂ ਮਾਫ਼ੀ ਮੰਗਦੇ ਹਾਂ, ਤੁਸੀਂ ਇੱਥੇ ਬਹਿ ਕੇ ਚੀਜ਼ ਨੂੰ ਐਸਕੇਲੇਟ ਨਾ ਕਰੀਏ, ਅਸੀਂ ਇਹਨੂੰ ਸੋਲਵ ਕਰੀਏ। ਪਰ ਉਹ ਬੰਦਾ ਉੱਥੋਂ ਚੱਲਿਆ ਗਿਆ। ਉਹ ਤੋਂ ਬਾਅਦ ਆਪਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੂੰ ਛੱਡ ਗਿਆ। ਉਹ ਸਾਨੂੰ ਇੱਥੇ ਧਮਕੀ ਦਿੰਦੇ ਆ, ਕਹਿੰਦੇ ਵੀ ਅਸੀਂ ਤਾਂ ਹਿੱਕ ਦੇ ਉਹਦੇ ਸਮਾਨ ਵੀ ਲੈ ਕੇ ਜਾਵਾਂਗੇ, ਨਾਲੇ ਕੋਈ ਕਰਨਾ ਜਿਹਦੇ ਜਦੋਂ ਜੋ ਹੁੰਦਾ ਕਰ। ਸਮਾਨ ਲੈ ਗਏ ਹੁਣ ਕਿਵੇਂ? ਸਮਾਨ ਇੱਥੋਂ ਹੌਲੀ ਹੌਲੀ ਲੈ ਕੇ ਜਾ ਰਹੇ ਆ ਜੀ। ਉਹ ਪੁਲਿਸ ਇਹਨਾਂ ਦਾ ਸਾਥ ਦੇ ਰਹੀ ਹੈ। ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ, ਅਸੀਂ ਪੁਲਿਸ ਵਾਲਿਆਂ ਨੂੰ ਵੀ ਇਹ ਕਿਹਾ ਕਿ ਤੁਸੀਂ ਜੋ ਵੀ ਲੀਗਲੀ ਹੈਗਾ ਤੁਸੀਂ ਉਹ ਸਾਡੇ ਨਾਲ ਕਰ ਲਓ। ਅਤੇ ਇਹ ਸਾਡਾ ਸਮਾਨ ਜਿਹੜਾ ਸਾਡਾ ਆਪਦਾ ਸੀਗਾ ਜੀ, ਪਰ ਇਹ ਫਿਰ ਵੀ ਲੈ ਕੇ ਜਾ ਰਹੇ ਨੇ, ਠੀਕ ਹੈ। ਅਤੇ ਇਹ ਕਹਿੰਦੇ ਵੀ ਨਹੀਂ, ਅਸੀਂ ਤਾਂ ਐਂ ਜਾਵਾਂਗੇ। ਬਾਹਰ ਇਹਨਾਂ ਦੇ ਗੁੰਡੇ ਖੜ੍ਹੇ ਆ ਜੀ, ਸਾਰਿਆਂ ਨੂੰ ਧਮਕਾ ਰਹੇ ਨੇ ਇੱਥੇ ਗੇਟ ਦੇ ਉੱਤੇ। ਪੁਲਿਸ ਵਾਲੇ ਇੱਥੇ ਆਰਾਮ ਨਾਲ ਖੜ੍ਹੇ ਨੇ ਜੀ, ਕੋਈ ਨਹੀਂ। ਆਉਣ ਜਾਣ ਵਾਲੇ ਸਾਰਿਆਂ ਨੂੰ ਧਮਕੀਆਂ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਨੇ। ਪੁਲਿਸ ਤੁਹਾਡੇ ਵੱਲੋਂ ਬੁਲਾਈ ਗਈ ਹੈ? ਉੱਧਰੋਂ ਉਹਨਾਂ ਨੂੰ ਕੀਤਾ ਗਿਆ ਜੀ, ਠੀਕ ਹੈ ਜੀ। ਪਹਿਲਾਂ ਉਹਦੇ ਨਾਲ ਸੀਗੇ ਅਤੇ ਹੁਣ ਵੀ ਉਹ ਗਾਲਾਂ ਕੱਢਦੇ ਹੋਏ ਉਹਨਾਂ ਸਾਨੂੰ ਕਹਿੰਦੇ ਨੇ, ਸਾਡੇ ਇੱਥੋਂ ਕਿਸੇ ਨੇ ਕੋਈ ਗਾਲ ਨਹੀਂ ਕੱਢੀ। ਇਹਨਾਂ ਨੇ ਪੁਲਿਸ ਵਾਲਿਆਂ ਸਾਹਮਣੇ ਵੀ ਅਤੇ ਇੱਥੇ ਮੌਜੂਦਗੀ ਦੇ ਵਿੱਚ ਸਾਰਿਆਂ ਦੇ ਗਾਲਾਂ ਕੱਢ ਰਹੇ ਨੇ ਜੀ, ਅਤੇ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਉਲਟਾ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਾਸੇ ਹੋ। ਸਿੰਗਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਕਾਰਨ 2 ਥਾਣਿਆਂ ਦੇ SHO, DSP, CTSP ਹੈੱਡਕੁਆਰਟਰ ਮਨਮੀਤ ਸਿੰਘ ਬਿੱਲੋ ਝਗੜਾ ਸੁਲਝਾਉਣ ਲਈ ਸਿਟੀ ਪਾਰਕ ਪੈਲੇਸ ਪਹੁੰਚੀ। SP ਹੈੱਡਕੁਆਰਟਰ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਜੋ ਤੱਥ ਸਾਹਮਣੇ ਆਏਗਾ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਅੱਜ ਇੱਥੇ ਮੈਰਿਜ ਸਿੰਗਰ ਅੰਮ੍ਰਿਤ ਮਾਨ ਸਟੇਜ 'ਤੇ ਗਾ ਰਹੇ ਸੀਗੇ। ਕੁਝ ਬੰਦੇ ਸੈਲਫੀ ਲੈਣ ਦੀ ਸਟੇਜ 'ਤੇ ਚੜ੍ਹ ਰਹੇ ਸੀ, ਉਹਨਾਂ ਦਾ ਆਪਸ ਵਿੱਚ ਉੱਥੇ ਤਕਰਾਰ ਹੋਇਆ ਸੀ। ਮੌਕੇ 'ਤੇ ਪਹੁੰਚੇ ਹਾਂ, ਜਿੱਦਾਂ ਦੇ ਕਾਰਵਾਈ ਬੰਦੇ ਕਾਰਵਾਈ ਕਰਾਂਗੇ। ਅੰਮ੍ਰਿਤ ਮਾਨ ਨਾਲ ਤਕਰਾਰ ਹੋਇਆ ਜੀ? ਹਾਂਜੀ ਹਾਂਜੀ। ਫਿਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਉਹਨਾਂ ਦੇ ਸਾਊਂਡ ਵਗੈਰਾ ਵੀ ਪਰਿਵਾਰ ਵਾਲਿਆਂ ਨੇ ਜਿਹੜੇ ਇੱਥੇ ਰੱਖ ਲਏ ਸੀ, ਜਿਹਦੇ ਵੱਲ ਵਿਰੋਧ ਵੀ ਹੋਇਆ? ਨਹੀਂ, ਇਹੋ ਜਿਹੀ ਗੱਲ ਕੋਈ ਸਮਝ ਨਹੀਂ ਆਈ।